Satnam Sri Vaheguru Ji Ek Omkar Satnam Karta Purakh Nirbhav Nirvair Akal Murat Ajune Saipam Gur Prasad Jap Ad Sach Jugad Sach Happy Sach Nanak Husi Pi Sach Tin bediyan ki kul bikhe Pragte nanak raay Sab sikhan ko sukh day जह तह पैसाय वाहे गुरु जी का खालसा वाहे गुरु जी की फतह है अपने विद्या दाते पंथ रतन संत ज्ञानी गुरबचन सिंह जी खालसा पिंडरांवाले मौजूदा पिंडरां दी परंपरा दे वारस श्रीमान संत ज्ञानी मोहन सिंह जी पिंडरांवाले ने जदों श्री गुरपंथ प्रकाश दी संथ्या पढ़ाई ते ओदे विच ब्यास जी दे विचार ज्ञानी ज्ञान सिंह जी ने अपने पंथ प्रकाश विच रखे गुरु परमेश्वर दी महिमा अपर अपार है पर आओ गुरु परमेश्वर श्री गुरु नानक देव जी महाराज ने संसार दे लोगां ने दुनिया दे बहुत सियाने विद्वानां ने किस ढंग ते किस नजरिए किस नज़र नाल देखिया संस्कृत दे विद्वान मनदे ने कि गीता ते वेदां दी रचना पुराणा दी रचना ब्यास जी ने अज तो 8000 साल पहला कीती है असी अंदाजा लाइए कि ब्यास जी ने भविष्यत पुराण विच अज तो 8000 साल पहला दुनिया के सामने विचार रखदिया संसार नू सावधान किया कि जदों घोर कलयुग होवेगा जदों धर्म की भावना मनुखता दे दिल ते दिमाग विच्चों खत्म हो जावेगी जदों घर घर कूड़ अमस्या पई सास कला सच की दुर गई दसम ग्रंथ गुरु गोबिंद सिंह जी ब्यास जी ने आख्या उदों संसार विच भारत के पछमी इलाके विच पंजाब दी धरती ते पश्चिमे ते शुभे देशे
ਫਿਰ ਵੇਦੀ ਘਰਾਣੇ ਵਿੱਚ, ਵੇਦੀ ਖਾਨਦਾਨ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਤਾਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਲਿਖਦਿਆਂ ਹੋਇਆਂ ਇਹ ਵਿਚਾਰ ਲਿਖੇ ਅਤੇ ਇਹ ਖਿਆਲ ਦਿੱਤਾ ਕਿ ਬੇਦੀਆਂ ਦੀ ਕੁੱਲ, ਬਾਬਾ ਕਾਲੂ ਮਹਿਤਾ ਜੀ ਦਾ ਘਰਾਣਾ ਧਾਰਮਿਕ ਲੋਕਾਂ ਦਾ ਘਰਾਣਾ ਸੀ, ਉਹ ਧਰਮੀ ਲੋਕ ਸਨ। ਅੱਜ ਵੀ ਜਿਨ੍ਹਾਂ ਪਰਿਵਾਰਾਂ ਵਿੱਚ ਗੁਰੂ ਕੀ ਬਖਸ਼ੀ ਹੋਈ ਸਿੱਖੀ ਹੈ, ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਧਾਰਨ ਕਰਨ ਦਾ, ਸਿੱਖੀ ਦੇ ਵਿਚਾਰ ਧਾਰਾਂ ਦਾ ਉਪਦੇਸ਼ ਦਿੰਦੇ ਨੇ। ਉਹਨਾਂ ਦਾ ਜੀਵਨ ਗੁਰਮਤਿ ਗੁਰਸਿੱਖੀ ਦੇ ਸੰਚੇ ਵਿੱਚ ਢਾਲਣ ਦਾ ਯਤਨ ਕਰਦੇ ਹਨ। ਬਾਬਾ ਕਾਲੂ ਜੀ ਦਾ ਪਰਿਵਾਰ ਕਲਯੁੱਗ ਦੇ ਉਸ ਵਕਤ ਧਾਰਮਿਕ ਲੋਕਾਂ ਦਾ ਪਰਿਵਾਰ ਸੀ। ਬੇਦੀ ਕੁੱਲ ਨੂੰ ਮਹਾਨ ਪਵਿੱਤਰ ਸਮਝ ਕੇ ਵਿਆਸ ਜੀ ਲਿਖਦੇ ਨੇ, ਪਸਮੇਤੇ ਸ਼ੁਭੇ ਦੇਸ਼ੇ ਵੇਦੀ ਵੰਸ਼ੇ ਚ ਨਾਨਕਾ, ਕਿ ਵੇਦੀ ਘਰਾਣੇ ਵਿੱਚ ਕਾਲਯੁੱਗ ਦੇ ਘੋਰ ਅੰਧਕਾਰ ਨੂੰ ਨਿਵਿਰਤ ਕਰਨ ਲਈ ਨਾਨਕ ਨਾਮ ਰਖਵਾ ਕੇ ਪਾਰ ਬ੍ਰਹਮ ਪਰਮੇਸ਼ਵਰ ਸੰਸਾਰ ਵਿੱਚ ਆਵੇਗਾ। ਇਸੇ ਸੰਬੰਧ ਵਿੱਚ ਅਸੀਂ ਦੁਨੀਆ ਦੇ ਹੋਰ ਲੋਕਾਂ ਦੇ ਉਹਨਾਂ ਦੇ ਸੰਬੰਧ ਵਿੱਚ ਵਿਚਾਰਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਭਾਰਤ ਦੇ ਮਹਾਨ ਸਪੂਤ ਸਾਬਕ ਪ੍ਰੈਜ਼ੀਡੈਂਟ ਆਪਣੇ ਸਮੇਂ ਦੇ ਸੰਸਾਰ ਦੇ 5 ਪ੍ਰਸਿੱਧ ਵਿਦਵਾਨਾਂ ਵਿੱਚੋਂ ਯੂਨੈਸਕੋ ਵਾਲਿਆਂ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 250 ਸ਼ਬਦਾਂ ਦਾ ਸਿਆਣੇ ਵਿਦਵਾਨਾਂ ਅਤੇ ਵਿਚਾਰਵਾਨਾਂ ਦੀ ਕਲਮ ਤੋਂ ਅੰਗਰੇਜ਼ੀ ਵਿੱਚ ਲਿਖਵਾ ਕੇ ਪ੍ਰਕਾਸ਼ਿਤ ਕੀਤਾ, ਉਹ ਡਾਕਟਰ ਰਾਧਾ ਕ੍ਰਿਸ਼ਨ ਜੀ ਦੀ ਅਗਵਾਈ ਵਿੱਚ ਪੁਸਤਕ ਛਪਿਆ। ਤਾਂ ਡਾਕਟਰ ਰਾਧਾ ਕ੍ਰਿਸ਼ਨ ਜੀ ਭਾਰਤ ਦੇ ਪ੍ਰੈਜ਼ੀਡੈਂਟ ਵੀ ਰਹੇ, ਰਸ਼ੀਆ ਵਿੱਚ ਸਫੀਰ ਵੀ ਰਹੇ, ਸਮੇਂ ਦੇ 5 ਵਿਦਵਾਨਾਂ ਵਿੱਚੋਂ, ਸੰਸਾਰ ਦੇ ਵਿਦਵਾਨਾਂ ਵਿੱਚੋਂ ਉਹਨਾਂ ਨੂੰ ਇੱਕ ਮੰਨਿਆ ਜਾਂਦਾ। ਉਹਨਾਂ ਨੇ ਆਪਣੇ ਵਿਚਾਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਲਿਖਿਆ ਹੈ ਕਿ ਭਾਰਤ ਵਿੱਚ ਬੁੱਧ ਭਗਵਾਨ ਵੀ ਆਏ, ਜਿਨ੍ਹਾਂ ਦਾ ਆਦਰਸ਼, ਜਿਨ੍ਹਾਂ ਦਾ ਇਹ ਵਿਚਾਰ ਸੀ, ਦੁਨੀਆਂ ਦੇ ਲੋਕ ਜਿਨ੍ਹਾਂ ਨੇ ਦੁੱਖਾਂ ਤੋਂ ਨਿਵਿਰਤੀ ਪ੍ਰਾਪਤ ਕਰਨੀ ਹੈ, ਉਹ ਬੁੱਧ ਦੀ ਸ਼ਰਨ ਵਿੱਚ ਆ ਜਾਣ। ਅੱਜ ਵੀ ਬੁੱਧ ਧਰਮ ਦਾ ਇਹ ਵਿਚਾਰ ਦੁਹਰਾਇਆ ਜਾਂਦਾ, ਬੁੱਧੰ ਸ਼ਰਨਮ ਗੱਛਾਮੀ ਧੰਮ ਪਦ, ਜੋ ਬੁੱਧ ਧਰਮ ਦਾ ਧਰਮ ਗ੍ਰੰਥ ਹੈ। ਪਰ ਡਾਕਟਰ ਰਾਧਾ ਕ੍ਰਿਸ਼ਨ ਜੀ ਲਿਖਦੇ ਨੇ ਕਿ ਜਿੱਥੇ ਬੁੱਧ ਨੇ ਆਖਿਆ ਦੁਨੀਆਂ ਦੇ ਦੁੱਖਾਂ ਤੋਂ ਜੇ ਨਿਵਿਰਤੀ ਚਾਹੁੰਦੇ ਹੋ ਤਾਂ ਮੇਰੀ ਸ਼ਰਨ ਵਿੱਚ ਆ ਜਾਓ, ਪਰ ਕਲਯੁੱਗ ਦੇ ਅਵਤਾਰ ਨੇ ਡਾਕਟਰ ਰਾਧਾ ਕ੍ਰਿਸ਼ਨ, ਇਹ ਉਹਨਾਂ ਦੇ ਸ਼ਬਦ ਨੇ। ਕਲਯੁੱਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁੱਗ ਵਿੱਚ ਆ ਕੇ ਬੁੱਧ ਧਰਮ ਦੇ ਵਿਚਾਰਾਂ ਤੋਂ ਸੰਸਾਰ ਦੇ ਲੋਕਾਂ ਨੂੰ ਆਖਿਆ, ਜੇ ਦੁਨੀਆਂ ਦੇ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪ੍ਰਭੂ ਦੀ ਸ਼ਰਨ ਵਿੱਚ ਆਓ। ਪਿਆਲਾ ਖੋ ਸੇਵਾ ਬੇਨਤੀ ਕਰ ਐਸਾ, ਇਹ ਡਾਕਟਰ ਰਾਧਾ ਕ੍ਰਿਸ਼ਨਨ ਜੀ ਦੇ ਵਿਚਾਰ ਨੇ। ਇਸੇ ਹੀ ਤਰ੍ਹਾਂ ਦਿੱਲੀ ਵਿੱਚ ਇਸਲਾਮ ਦੀ ਬੜੀ ਵੱਡੀ ਮੁਸਲਿਮ ਲੋਕਾਂ ਦੀ ਯੂਨੀਵਰਸਿਟੀ ਹੈ, ਜਿਸ ਦੀ ਸਥਾਪਨਾ ਡਾਕਟਰ ਜ਼ਾਕਿਰ ਹੁਸੈਨ ਜੀ ਨੇ, ਜੋ ਭਾਰਤ ਦੇ ਪ੍ਰੈਜ਼ੀਡੈਂਟ ਰਹੇ, ਉਹਨਾਂ ਨੇ ਰੱਖੀ। ਉਸ ਦੇ ਪ੍ਰੋਫੈਸਰ ਡਾਕਟਰ ਮੁਜੀਬ ਨੇ ਆਪਣੇ ਖਿਆਲਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਇਹ ਸ਼ਬਦ ਕਹੇ ਅਤੇ ਲਿਖੇ ਕਿ ਦੁਨੀਆਂ ਦੇ ਲੋਕ, ਖੁਦਾਵੰਦ ਕਰੀਮ ਮਹਾਨ ਇਕਬਾਲ ਨੇ ਇਹ ਖਿਆਲ ਦਿੱਤਾ ਹੈ ਕਿ ਜਿਹੜਾ ਖੁਦਾ 7ਵੇਂ ਅਸਮਾਨ 'ਤੇ ਰਹਿੰਦਾ, ਮੈਂ ਉਹਨੂੰ ਖੁਦਾ ਨਹੀਂ ਮੰਨਦਾ। ਅਰਸ਼ 'ਤੇ ਬੈਠਾ ਰੱਖਾ ਹੈ ਤੂਨੇ ਐ ਵਾਇਜ਼, ਉਹ ਖੁਦਾ ਹੀ ਕਿਹਾ ਹੈ ਜੋ ਆਪਣੇ ਬੰਦੋਂ ਸੇ ਇਤਰਾਜ਼ ਕਰੇ। ਜਿਹੜੀ ਮਾਂ ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਦੁੱਧ ਨਹੀਂ ਪਿਲਾ ਸਕਦੀ, ਉਹਦੀ ਅਪਵਿੱਤਰਤਾ ਨੂੰ ਨਹੀਂ ਸਾਫ਼ ਕਰ ਸਕਦੀ,
ਡਾਕਟਰ ਮਹਾਨ ਇਕਬਾਲ ਕਹਿੰਦੇ ਨੇ ਮੈਂ ਉਹਨੂੰ ਮਾਂ ਨਹੀਂ ਮੰਨਦਾ। ਇਸੇ ਤਰ੍ਹਾਂ ਡਾਕਟਰ ਇਕਬਾਲ ਕਹਿੰਦੇ ਨੇ ਜਿਹੜਾ ਖੁਦਾ ਸੱਤਵੇਂ ਅਸਮਾਨਾਂ 'ਤੇ ਰਹਿੰਦਾ, ਆਪਣੀ ਖਲਕਤ ਤੋਂ, ਆਪਣੀ ਪਰਜਾ ਤੋਂ, ਆਪਣੇ ਬੰਦਿਆਂ ਤੋਂ ਬਹੁਤ ਦੂਰ ਹੈ। ਕੌਣ ਅਸਮਾਨਾਂ ਵਿੱਚ ਜਾਵੇ, ਕੌਣ ਅਸਮਾਨੀ ਚੜ੍ਹੇ ਅਤੇ ਕੌਣ ਖੁਦਾ ਦਾ ਦੀਦਾਰ ਕਰੇ। ਮੈਂ ਉਹਨੂੰ ਖੁਦਾ ਨਹੀਂ ਮੰਨਦਾ, ਮੈਂ ਉਹਨੂੰ ਖੁਦਾ ਮੰਨਦਾ ਹਾਂ ਜਿਹੜਾ ਆਪਣੇ ਬੰਦਿਆਂ ਦੀ ਸੰਭਾਲ ਕਰਦਾ ਹੋਵੇ। ਇਸ ਲਈ ਡਾਕਟਰ ਮੁਜੀਬ ਪ੍ਰੋਫੈਸਰ ਜਾਮਾ ਮਿਲੀਆ ਦੇ ਦਿੱਲੀ ਦੇ ਮਹਾਨ ਵਿਦਵਾਨ ਨੇ ਲਿਖਿਆ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦਾ ਦੇ ਨੂਰ ਸਨ। ਪ੍ਰੋਫੈਸਰ ਮੁਜੀਬ, ਤੁਸੀਂ ਸਾਡੀ ਨਵੀਂ ਪੜ੍ਹੀ ਲਿਖੀ ਜਨਰੇਸ਼ਨ ਜ਼ਰੂਰ ਮਿਸਰ ਕਨਿੰਗਮ ਨੂੰ ਪੜ੍ਹਦੀ ਹੋਵੇਗੀ, ਕਿਉਂਕਿ ਅਸੀਂ ਆਪਣੇ ਵਿਚਾਰਾਂ ਦੁਆਰਾ ਜੋ ਵਿਚਾਰ ਕਰਦੇ ਹਾਂ ਉਹਨਾਂ ਨੂੰ ਦੂਸਰੇ ਦੁਨੀਆ ਦੇ ਵਿਦਵਾਨ ਲੋਕਾਂ ਦੀਆਂ ਨਜ਼ਰਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦੀਦਾਰ ਕਰਨ ਦਾ ਵੀ ਯਤਨ ਕਰਨਾ ਚਾਹੀਦਾ। ਮਹਾਨ ਕਨਿੰਗਮ ਨੇ ਲਿਖਿਆ, ਦੁਨੀਆ ਦੇ ਲੋਕੋ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਨੂੰ ਇੱਕ ਐਸਾ ਧਰਮ ਦਿੱਤਾ ਜਿਸ ਧਰਮ ਵਿੱਚ ਹੋਰ ਕੋਈ ਗੁਣ, ਹੋਰ ਕੋਈ ਚੀਜ਼ ਸ਼ਾਮਲ ਨਹੀਂ ਕੀਤੀ ਜਾ ਸਕਦੀ। ਮਹਾਨ ਕਨਿੰਗਮ ਸੀ ਐਚ ਪੇਨ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਇਹ ਵਿਚਾਰ ਦਿੱਤੇ, ਇਹ ਵਿਚਾਰ ਲਿਖੇ ਨੇ ਕਿ ਦੁਨੀਆ ਦੇ ਲੋਕ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸਮਝਾਇਆ ਕਿ ਜੇ ਤੁਹਾਡੇ ਜੀਵਨ ਦੇ ਰਾਹ ਵਿੱਚ ਕੰਡੇ ਹੋਣ, ਪੱਥਰੀਲਾ ਰਸਤਾ ਹੋਵੇ, ਤਾਂ ਕੰਡਿਆਂ ਤੋਂ ਡਰ ਕੇ, ਪੱਥਰਾਂ ਪੱਥਰੀਲੇ ਰਾਹ ਤੋਂ ਡਰ ਕੇ ਕਿਤੇ ਦੌੜ ਨਾ ਜਾਓ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਨੂੰ ਆਖਿਆ, ਬੁਰਿਆਈਆਂ ਤੋਂ ਘਬਰਾਓ ਨਾ, ਔਗਣਾਂ ਤੋਂ ਡਰੋ ਨਾ, ਕਠਿਨਾਈਆਂ ਤੋਂ ਨੂੰ ਕੰਡ ਨਾ ਦਿਓ। ਸੀ ਐਚ ਪੇਨ ਲਿਖਦੇ ਨੇ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ, ਬੁਰਾਈਆਂ ਦੇ ਕੰਡਿਆਂ ਦੇ ਉੱਪਰ ਚੰਗਿਆਈਆਂ ਦੇ ਨਾਲ ਆਪਣੇ ਕਦਮ ਵਧਾ ਕੇ ਆਪਣੀ ਮੰਜ਼ਿਲ 'ਤੇ ਪਹੁੰਚੋ। ਇਸੇ ਲਈ ਗੁਰੂ ਪਰਮੇਸ਼ੁਰ ਨੇ ਆਪਣੀ ਪਵਿੱਤਰ ਬਾਣੀ ਵਿੱਚ ਫਰਮਾਇਆ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਪ ਸਾਹਿਬ। ਇਉਂ ਗੁਰੂ ਪਰਮੇਸ਼ੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦਾ ਨਿਸਤਾਰਾ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਪਾਕਿਸਤਾਨ ਦੇ ਇੱਕ ਵਿਦਵਾਨ ਨੇ ਜੀਵਨ ਦੇ ਸੰਬੰਧ ਵਿੱਚ ਲਿਖਿਆ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 3 ਕਰੋੜ ਮੁਰੀਦ ਸਨ। ਬੇਨਤੀ ਕਰ ਰਹੇ ਸਾਂ, 3 ਕਰੋੜ ਮੁਰੀਦ ਸਨ। ਇਸੇ ਲਈ ਪਰਸ਼ੀਅਨ ਦੀ ਤਵਾਰੀਖ ਦੇ ਵਿਚਾਰਵਾਨ ਨੇ ਇਹ ਖਿਆਲ ਅਤੇ ਇਹ ਵਿਚਾਰ ਦਿੱਤਾ ਕਿ ਸੰਸਾਰ ਵਿੱਚ ਇੱਕ ਐਸਾ ਪੈਗੰਬਰ ਆਇਆ, ਇੱਕ ਐਸਾ ਅਵਤਾਰ ਆਇਆ ਜਿਸ ਦੀ ਨਜ਼ਰ ਵਿੱਚ ਸਾਰੀ ਮਨੁੱਖਤਾ ਇੱਕੋ ਜਿਹੀ ਸੀ। ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਭਾਰਤ ਦੇ ਹਾਲਾਤਾਂ ਦੇ ਸੰਬੰਧ ਵਿੱਚ ਖਿਆਲ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਜ਼ਰ ਵਿੱਚ ਨਸਦੇ ਨਾਨਕ ਸ਼ਾਹ, ਹਿੰਦੂ ਵਾ ਮੁਸਲਮਾਨ ਬਰਾਬਰ ਦੁਆੰਦ, ਯਕੇ ਰਾਹ ਬਾਦੀ ਗਰੇ ਤਰਜੀਹ ਨਵੀਂ ਦਾਤ। ਬੇਨਤੀ ਕਰ ਰਹੇ ਸਾਂ, ਮੁਸਲਮਾਨ ਤਵਾਰੀਖਦਾਨ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ, ਉਹਨਾਂ ਦੀ ਨਜ਼ਰ ਵਿੱਚ ਹਿੰਦੂ ਅਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਸੀ, ਕਿਉਂਕਿ ਉਹਨਾਂ ਨੇ ਇਹੋ ਹੀ ਵਿਚਾਰ ਦਿੱਤਾ ਸੀ। ਜਦੋਂ ਵੀ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਉਹਨਾਂ ਦੇ ਇਹ ਸ਼ਬਦ ਸਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਲੋਕਾਂ ਦੇ ਇਹਦੇ ਅਰਥ ਵੱਖਰੇ ਵੱਖਰੇ ਨਿਕਾਲੇ। ਪਰ ਹਜ਼ੂਰ ਦਾ ਭਾਵ ਸੀ, ਨਾ ਕੋਈ ਸੱਚਾ ਹਿੰਦੂ ਇਹ ਨਜ਼ਰ ਆਉਂਦਾ ਹੈ ਅਤੇ ਨਾ ਕੋਈ ਸੱਚਾ ਮੁਸਲਮਾਨ ਵਿਖਾਈ ਦਿੰਦਾ। ਜਦੋਂ ਦੌਲਤ ਖਾਂ ਨਵਾਬ ਦੇ ਸਾਹਮਣੇ ਪਹੁੰਚੇ, ਪਰਸ਼ੀਅਨ ਦਾ ਤਵਾਰੀਖਦਾਨ ਲਿਖਦਾ ਹੈ ਕਿ ਹਜ਼ੂਰ ਨੇ ਆਪਣਾ ਸਿਰ ਨਹੀਂ ਚੁਕਾਇਆ, ਸ਼ਿਕਾਇਤ ਕੀਤੀ ਗਈ ਹਰ ਥਾਂ 'ਤੇ, ਹਰ ਵੱਡੀਆਂ ਸ਼ਖਸੀਅਤਾਂ ਦੇ ਬਾਸ ਕੁਛ ਖੁਸ਼ਾਮਦੀ ਲੋਕ ਹਮੇਸ਼ਾ ਰਹਿੰਦੇ ਨੇ।
ਅਤੇ ਉਹ ਇਸ ਤਰ੍ਹਾਂ ਦੇ ਇਸ਼ਾਰੇ ਕਰ ਕਰਕੇ ਆਪਣਾ ਅਹੁਦਾ ਬਰਕਰਾਰ ਰੱਖਦੇ ਨੇ। ਕੁਝ ਲੋਕਾਂ ਨੇ, ਖਾਸ ਤੌਰ 'ਤੇ ਮੌਲਵੀ ਨੇ ਇਤਰਾਜ਼ ਕੀਤਾ ਅਤੇ ਦੌਲਤ ਖਾਂ ਨੇ ਆਖਿਆ, ਮੋਦੀ ਨਾਨਕ ਤੂੰ ਸਿਰ ਨਹੀਂ ਝੁਕਾਇਆ, ਸਲਾਮਾਂ ਲੇਕਮ ਨਹੀਂ ਕੀਤਾ। ਤਾਂ ਗੁਰੂ ਪਰਮੇਸ਼ੁਰ ਨੇ ਫਰਮਾਇਆ, ਆ ਸਮਾਂ ਬੂਦ ਸਲਾਮ ਹੀ ਕਰ, ਗਰਦਨ ਬੇਤਮਾ ਬੁਲੰਦ ਬਵਦ। ਦੌਲਤ ਖਾਂ, ਮੋਦੀ ਸਾਹਿਬ, ਜਿਨ੍ਹਾਂ ਲੋਕਾਂ ਦੇ ਅੰਦਰ ਕੋਈ ਕਮੀ ਹੁੰਦੀ ਹੈ, ਲੋਭ ਅਤੇ ਲਾਲਚ ਹੁੰਦਾ, ਉਹ ਲੋਕ ਹੀ ਥਾਂ ਥਾਂ 'ਤੇ ਸਿਰ ਝੁਕਾਉਂਦੇ ਨੇ। ਜਿਹੜੇ ਸੁਚਿਆਰ ਲੋਕ ਹੁੰਦੇ ਨੇ, ਮੈਨੂੰ ਇਸ਼ਾਰਾ ਕਰ ਦੇਣਾ, ਜਿਹੜੇ ਸੁਚਿਆਰ ਲੋਕ ਹੁੰਦੇ ਨੇ ਉਹਨਾਂ ਦੀ ਗਰਦਨ ਹਮੇਸ਼ਾ ਹੀ ਉੱਚੀ ਹੁੰਦੀ ਹੈ। ਇਸ ਵਾਸਤੇ ਗੁਰੂ ਪਰਮੇਸ਼ੁਰ ਨੇ ਮਿਸਰ ਕਨਿੰਗਮ ਦੇ ਖਿਆਲਾਂ ਮੁਤਾਬਕ ਸੰਸਾਰ ਨੂੰ ਉਹ ਧਰਮ ਬਖਸ਼ਿਸ਼ ਕੀਤਾ ਜਿਸ ਧਰਮ ਵਿੱਚ ਕੋਈ ਮਿਲਾਵਟ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਸੰਸਾਰ ਦੇ ਬਹੁਤ ਸਾਰੇ ਹੋਰ ਸਿਆਣੇ ਵਿਦਵਾਨ ਅਤੇ ਵਿਚਾਰਵਾਨ ਲੋਕਾਂ ਨੇ ਉਹਨਾਂ ਦੇ ਸੰਬੰਧ ਵਿੱਚ ਬਹੁਤ ਕੁਝ ਕਿਹਾ ਹੈ। ਉਹਨਾਂ ਨੇ ਉਹਨਾਂ ਦੀ ਨਜ਼ਰ ਵਿੱਚ ਕਾਬਾ ਸ਼ਰੀਫ ਅਤੇ ਜਗਨਨਾਥ ਦਾ ਮੰਦਰ ਇੱਕੋ ਜਿਹਾ ਹੀ ਸੀ। ਬੇਨਤੀ ਕਰ ਰਹੇ ਸਾਂ, ਬਲਰਾਜ ਸਾਹਨੀ ਨੇ ਲਿਖਿਆ ਕਿ ਜਦੋਂ ਮੈਂ ਮਹਾਨ ਟੈਗੋਰ ਦੇ ਆਸ਼ਰਮ ਵਿੱਚ ਪੜ੍ਹਨ ਵਾਸਤੇ ਗਿਆ ਅਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ, ਤੂੰ ਕੀ ਸਿੱਖਣਾ ਚਾਹੁੰਦਾ ਹੈ, ਤੂੰ ਪੰਜਾਬੀ ਹੈ? ਅਤੇ ਮੈਂ ਕਿਹਾ, ਜੀ ਮੇਰੀ ਮਾਂ ਗਰੀਬ ਹੈ, ਮੈਂ ਗਰੀਬ ਮਾਂ ਦਾ ਬੇਟਾ ਹਾਂ, ਇਸ ਵਾਸਤੇ ਮੈਂ ਪੰਜਾਬੀ ਵਿੱਚ ਨਹੀਂ ਲਿਖ ਸਕਦਾ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਥੋੜ੍ਹੇ ਲੋਕ ਨੇ, ਲਿਖਤਾਂ ਘੱਟ ਪੜ੍ਹਨ ਵਾਲੇ ਨੇ, ਤਾਂ ਜੋ ਵਿਚਾਰ ਟੈਗੋਰ ਜੀ ਨੇ ਕਹੇ ਉਹ ਤੁਹਾਨੂੰ ਭੇਜ ਕਰਕੇ ਮੈਂ ਵਿਚਾਰ ਸਮਾਪਤ ਕਰਨਾ। ਬੇਨਤੀ ਕਰ ਰਹੇ ਸਾਂ, ਮਹਾਨ ਟੈਗੋਰ ਨੇ ਆਖਿਆ, ਸਾਣੀ ਜਿਸ ਭਾਸ਼ਾ ਵਿੱਚ, ਜਿਸ ਲਿਪੀ ਵਿੱਚ, ਜਿਸ ਜ਼ਬਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਤੀ ਲਿਖੀ ਏ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤਨਾਸਰੀ ਮਹੱਲਾ ਪਹਿਲਾ ਸੋਹਿਲਾ ਆਰਤੀ। ਉਹ ਮਾਂ ਕਿਵੇਂ ਗਰੀਬ ਹੋ ਸਕਦੀ ਹੈ, ਉਹ ਭਾਸ਼ਾ ਕਿਵੇਂ ਗਰੀਬ ਹੋ ਸਕਦੀ ਹੈ? ਇਸ ਲਈ ਮਹਾਨ ਤੋਂ ਮਹਾਨ ਲੋਕਾਂ ਨੇ ਗੁਰੂ ਪਰਮੇਸ਼ਵਰ ਦੇ ਸੰਬੰਧ ਵਿੱਚ ਬਹੁਤ ਕੁਝ ਕਿਹਾ, ਪਰ ਅਫਸੋਸ ਹੁੰਦਾ ਜਦੋਂ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਛੱਡ ਕੇ, ਉਹਨਾਂ ਦੇ ਵਿਚਾਰਾਂ ਦਾ ਤਿਆਗ ਕਰਕੇ, ਉਹਨਾਂ ਦੀ ਬਾਣੀ ਤੋਂ ਆਪਣੇ ਆਪਣਾ ਮੂੰਹ ਫੇਰ ਕੇ ਅਸੀਂ ਚਾਰ ਚੁਫੇਰੇ ਦੇਖਦੇ ਅਤੇ ਤੱਕਦੇ ਹਾਂ। ਅਸੀਂ ਬੇਨਤੀ ਕਰ ਰਹੇ ਸਾਂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ, ਅਤੇ ਇਹ ਵਿਚਾਰਧਾਰਾ ਅਸੀਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਹੀ ਸਮਝ ਸਕਦੇ ਹਾਂ, ਵਿਚਾਰ ਸਕਦੇ ਹਾਂ। ਮੈਨੂੰ ਰੱਜ ਕੇ ਦਰਸ਼ਨ ਦੀਦਾਰ ਕਰਨ ਦਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ। ਜਦੋਂ ਦਿੱਲੀ ਜਾਇਆ ਕਰਦੇ, ਆਪਣੇ ਦੀਵਾਨਾਂ ਵਿੱਚ ਆਪਣੇ ਕੀਰਤਨ ਤੋਂ ਪਹਿਲਾਂ ਅਤੇ ਆਪਣੇ ਰਾਗੀਆਂ ਤੋਂ ਪਿੱਛੋਂ ਵਿਚਕਾਰਲਾ ਤਕਰੀਬਨ 25 ਮਿੰਟ ਦਾ ਸਮਾਂ ਦਿਆ ਕਰਦੇ ਸਨ। ਸਾਰਾ ਜੀਵਨ ਘਾਲਣਾ ਘਾਲੀ ਆ ਬਖਸ਼ਾਂ, ਜਿਵੇਂ ਮੇਰੇ ਵਿਦਿਆ ਦਾ ਅਤੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਅਨੇਕਾਂ ਗਿਆਨੀ ਅਤੇ ਵਿਦਵਾਨ ਪੈਦਾ ਕੀਤੇ, ਮੇਰੇ ਵਰਗੇ ਅਨਾਥਾਂ ਅਤੇ ਯਤੀਮਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ। ਇਸੇ ਤਰ੍ਹਾਂ ਜੋ ਅਸੀਂ ਕੀਰਤਨ ਸੁਣ ਰਹੇ ਹਾਂ, ਜਿਤਨੇ ਜਿੱਥੇ ਹੁਣ ਦਾਸ ਤੋਂ ਪਹਿਲਾਂ ਕੀਰਤਨ ਕਰ ਰਹੇ ਸਨ, ਇਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਦੇਣ ਹੈ। ਔਰ ਤੁਹਾਡੇ ਸਾਹਮਣੇ ਸੱਚੇ ਅਤੇ ਸੁੱਚੇ ਮਹਾਨ ਮਹਾਂਪੁਰਸ਼, ਸਾਡੇ ਦੇਸ਼ ਵਿੱਚ 10 ਕਰੋੜ ਸਾਧੂ ਹੈ, ਪਰ ਗੁਰੂ ਪਰਮੇਸ਼ੁਰ ਨੇ ਪਹਿਲਾਂ ਸਾਨੂੰ ਸਮਝਾ ਦਿੱਤਾ ਸੀ, ਜਗ ਮਹਿ ਉੱਤਮ ਕੱਢ ਇਹ ਵਿਰਲੇ ਕੇਈ ਕੇ ਗੁਜਰੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਵਰਸਾਏ, ਧੰਨ ਧੰਨ ਬਾਬਾ ਵਰਿਆਮ ਸਿੰਘ ਜੀ, ਤੁਹਾਡੇ ਸਾਹਮਣੇ ਜੋ ਸ਼ਖਸੀਅਤ ਉਹਨਾਂ ਨੇ ਤੁਹਾਨੂੰ ਸੌਂਪੀ ਹੈ ਤੁਹਾਡੀ ਸੇਵਾ ਕਰਨ ਲਈ, ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਮਾਰਗ 'ਤੇ ਚਲਾਉਣ ਲਈ, ਬਾਬਾ ਲਖਬੀਰ ਸਿੰਘ ਜੀ, ਮੈਨੂੰ ਗੁਰੂ ਪਿਆਰੇ ਭਾਈ ਅਮਰੀਕ ਸਿੰਘ ਜੀ ਦਰਸਾ ਰਹੇ ਸਨ ਕਿ ਉਹਨਾਂ ਨੇ ਪੰਥਕ ਲਹਿਰ ਸ਼ੁਰੂ ਕੀਤੀ ਹੈ। ਇੱਕ ਮਿੰਟ
ਆਪ ਦਾ ਜ਼ਰੂਰ ਲਵਾਂਗਾ। ਆ ਤੁਹਾਡੇ ਨੇੜੇ ਹੀ ਟ੍ਰਿਬਿਊਨ ਅਖਬਾਰ ਹੈ, ਉਹਨਾਂ ਨੇ BBC ਦੇ ਨਾਲ ਰਲ ਕੇ ਸਰਵੇ ਕੀਤਾ ਅਤੇ ਟ੍ਰਿਬਿਊਨ ਵਿੱਚ ਛਾਪਿਆ ਕਿ ਪੰਜਾਬ ਦੀ ਧਰਤੀ 'ਤੇ ਸਿੱਖ ਪਰਿਵਾਰਾਂ ਦੇ ਬੱਚੇ 87% ਪਤਿਤ ਹੋ ਚੁੱਕੇ ਨੇ। ਸਾਡੇ ਪਰਿਵਾਰਾਂ 'ਚੋਂ ਜੋ ਅਸੀਂ ਵੱਡਾ ਦਮ ਮਾਰਦੇ ਹਾਂ, ਦਮ ਭਰਦੇ ਹਾਂ, 87% ਸਿੱਖ ਪਰਿਵਾਰਾਂ ਦੇ ਬੱਚੇ। ਕੱਲ੍ਹ ਇੱਕ ਨੌਜਵਾਨ ਬੱਚਾ ਮੈਨੂੰ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਮਿਲਿਆ, ਹਰ ਸਾਲ ਆਉਂਦੇ ਨੇ, ਉਹ 12 ਮਿਸਲਾਂ ਦੇ ਘਰਾਣੇ ਵਿੱਚੋਂ ਹੈ ਪਰ ਸਿਰ ਗੰਜਾ। ਮੈਨੂੰ ਉਹ ਕਹਿਣ ਲੱਗੇ ਸਾਡੇ ਵੀ ਆਓ। ਮੈਂ ਕਿਹਾ ਪਹਿਲਾਂ ਗੁਰੂ ਕੇ ਕੇਸ ਰੱਖੋ, ਗੁਰੂ ਦੇ ਮਾਰਗ ਚੱਲੋ, ਫਿਰ ਜ਼ਰੂਰ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਹਾਡਾ ਪ੍ਰਸਿੱਧ ਅਖਬਾਰ ਅਜੀਤ ਹੈ, ਉਹਨੇ ਸਰਵੇ ਕੀਤਾ ਹੈ ਕਿ ਸਿੱਖ ਪਰਿਵਾਰਾਂ ਦੀਆਂ 35% ਬੱਚੀਆਂ ਬੇਟੀਆਂ ਜਿਨ੍ਹਾਂ ਨੇ ਗਾਹਾਂ ਕੌਮ ਦੀ ਪਨੀਰੀ ਨੂੰ ਉਗਾਉਣਾ ਹੈ, ਕੌਮ ਦੇ ਫੁੱਲ ਲਗਾਉਣੇ ਨੇ, 35% ਬੱਚੀਆਂ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੀਆਂ ਨਸ਼ੇ ਕਰਦੀਆਂ ਨੇ। ਪਿਆਲਾ ਖੂ ਸ੍ਰੀ ਵਾਹਿ। ਇਸ ਅੰਧਕਾਰ ਤੋਂ ਬਚਾਉਣ ਲਈ ਬਾਬਾ ਲਖਬੀਰ ਸਿੰਘ ਜੀ ਨੇ ਉੱਦਮ ਕੀਤਾ ਹੈ, ਯਤਨ ਕੀਤਾ ਹੈ, ਪੰਥਕ ਲਹਿਰ ਸ਼ੁਰੂ ਕੀਤੀ ਹੈ ਬਾਬਾ ਰੰਧਾਵੇ ਵਾਲੇ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ 17ਵੀਂ ਅੰਸ਼ ਬੰਸ਼ ਬਾ ਉਹਨਾਂ ਸਾਹਿਬ ਵਾਲੇ ਮਹਾਂਪੁਰਸ਼ ਇਹ ਯਤਨ ਕਰ ਰਹੇ ਨੇ। ਦਾਸ ਵੀ ਉਹਨਾਂ ਦੇ ਨਾਲ ਹੈ। ਪਿਛਲੇ ਸਾਲ ਮੈਨੂੰ ਬੜੇ ਪਿਆਰ ਨਾਲ ਗਲਵਰਕੜੀ ਵਿੱਚ ਲੈ ਕੇ ਬਾਬਾ ਲਖਬੀਰ ਸਿੰਘ ਜੀ ਕਹਿਣ ਲੱਗੇ ਆਪਣਾ ਦਾਦਾ ਅਤੇ ਪੜਦਾਦਾ ਇੱਕੋ ਹੀ ਹੈ ਅਤੇ ਆਪਣਾ ਇੱਕੋ ਹੀ ਪਰਿਵਾਰ ਹੈ, ਕਿਉਂਕਿ ਮਹਾਰਾਜ ਅਤਰ ਸਿੰਘ ਸਾਹਿਬ ਰੇਰੂ ਸਾਹਿਬ ਵਾਲੇ ਅਤੇ ਮਹਾਰਾਜ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦਾ ਅਕੱਥ ਪਿਆਰ ਸੀ। ਫਿਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਬਾਬਾ ਭਗਵਾਨ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਬਿਨਾਂ ਬੁਲਾਇਆ ਤੋਂ, ਬਿਨਾਂ ਸੱਦੇ ਤੋਂ ਉਹ ਰਾਜਯੋਗੀ ਪਿੰਡਰੀ ਪਹੁੰਚਿਆ ਕਰਦੇ। ਪਿਆਲਾ ਖੋ ਸ੍ਰੀ ਵਾਹ। ਆ ਜੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਬਖਸ਼ਦੀ ਏ, ਤੁਹਾਨੂੰ ਭੇਟ ਕਰਦੀ ਏ, ਇਹ ਬਾਬਾ ਈਸ਼ਰ ਸਿੰਘ ਜੀ ਅਤੇ ਮੇਰੇ ਵਿਦਿਆ ਦਾ ਅਤੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ, ਨਾਨਕ ਸਰ ਵਾਲੇ, ਧੰਨ ਧੰਨ ਬਾਬਾ ਜਵਾਲਾ ਸਿੰਘ ਜੀ, ਮਾਂ ਬ੍ਰਹਮ ਗਿਆਨੀ, ਉਹਨਾਂ ਦਾ ਉਦਮ ਹੈ, ਉਹਨਾਂ ਦੀ ਇਹ ਸੇਵਾ ਹੈ। ਇਸ ਵਾਸਤੇ ਕਿਉਂਕਿ ਮੈਂ ਹੈਰਾਨ ਹਾਂ, ਇਤਨੇ ਕੀਰਤਨੀਏ, ਇਤਨੇ ਵਿਦਵਾਨ, ਔਰ ਇਤਨੇ ਦਿਨ, 8 ਦਿਨ, ਏਡਾ ਵੱਡਾ ਪ੍ਰਬੰਧ ਕਰਨਾ ਸੰਭਾਲਣਾ ਬਹੁਤ ਔਖਾ ਹੈ। ਅਸੀਂ ਵੀ ਹੁਣ ਡੇਰੇਦਾਰ ਹਾਂ, ਪਰ ਮੁਸ਼ਕਲ ਹੁੰਦਾ, ਬਹੁਤ ਕਠਿਨ ਹੁੰਦਾ, ਪਰ ਸਤਿਗੁਰੂ ਜਿਸ ਨੂੰ ਬਲ ਦਿੰਦਾ ਉਹਨਾਂ ਨੂੰ ਇਹ ਬਰਕਤਾਂ ਪ੍ਰਾਪਤ ਹੁੰਦੀਆਂ ਨੇ। ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਉਹ ਕੁਝ ਆਪਣੀ ਜਨਰੇਸ਼ਨ ਨੂੰ ਸਮਝਾਓ ਜੋ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ, ਬਾਬਾ ਵਰਿਆਮ ਸਿੰਘ ਜੀ ਨੇ, ਮੇਰੇ ਵਿਦਿਆ ਦਾਤੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਮੇਰੇ ਦੂਸਰੇ ਵਿਦਿਆ ਦਾਤੇ ਅੱਜ ਦੇ ਯੁੱਗ ਵਿੱਚ ਮਹਾਨ ਤਿਆਗੀ ਅਤੇ ਮਹਾਨ ਵਿਦਵਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਤੁਹਾਨੂੰ ਸਮਝਾਉਂਦੇ ਨੇ। ਮੈਂ ਬਾਬਾ ਲਖਬੀਰ ਸਿੰਘ ਜੀ ਦਾ, ਉਹਨਾਂ ਦੇ ਨਾਲ ਸੇਵਾ ਕਰਨ ਵਾਲੇ ਸਾਰਿਆਂ ਗੁਰਮੁਖਾਂ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਪੰਜਾਬ ਵਿੱਚ ਮੈਨੂੰ ਜਾਣਦਾ ਪਹਿਚਾਣਦਾ ਕੋਈ ਨਹੀਂ। ਮਹਾਂਪੁਰਸ਼ਾਂ ਨੇ ਹੁਕਮ ਕੀਤਾ ਪੰਜਾਬ ਜਾ ਕੇ ਗੁਰੂ ਕੀ ਵਿੱਦਿਆ ਪੜ੍ਹਾਓ, ਮੈਂ ਤਾਂ ਭੀਖ ਮੰਗਣ ਵਾਸਤੇ ਆਉਂਦਾ ਹਾਂ, ਬਲ ਮੰਗਣ ਵਾਸਤੇ ਆਉਂਦਾ ਹਾਂ ਬਾਬਾ ਲਖਬੀਰ ਸਿੰਘ ਜੀ ਤੋਂ, ਹੰਸਾਲੀ ਵਾਲਿਆਂ ਮਹਾਂਪੁਰਸ਼ਾਂ ਤੋਂ, ਬਾਕੀ ਮਹਾਂਪੁਰਸ਼ਾਂ ਤੋਂ, ਕਿ ਇਸ ਸੇਵਾ ਵਿੱਚ ਮੈਨੂੰ ਆਪਣੇ ਬਲ ਬਖਸ਼ਣਾ ਅਤੇ ਸਹਿਯੋਗ ਬਖਸ਼ਣਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।